ಮುಖ್ಯಮಂತ್ರಿ ಕಲ್ಮೀ ಪರ್ವ ಅಂಕುರ್ ಮಾಜಿ ಅವರು ಮನ್ನು ಸೇರಿಯಾದಿ ತೀವ್ರ ಅಮಂತ ಬಾಳ ಜಂಗ ಪರ್ವಾನ್ ਕਮਲ ਤੇ ਮਨਜੋਤ ਸੁਖਾ ਰਾਜੀ ਨਿਊਜ਼ੀਲੈਂਡ ਉਹਨਾਂ ਦੀ ਸਪੋਂਸਰ ਕੀਤੀ ਟੀਮ ਹੈ ਜਾਫੀਆਂ ਦੇ ਵਿੱਚ ਹੈਪੀ ਖੱਖਾ ਵਾਲਾ ਗੋਇੰਦਵਾਲ ਸਾਹਿਬ ਦੀ ਧਰਤੀ ਦਾ ਖਿਡਾਰੀ ਰੇਡਰ ਦੇ ਸੱਤ ਦੇ ਵਿੱਚ ਜੁੜ ਗਿਆ ਕਿਉਂਕਿ ਸਾਡੇ ਸਤਿਗੁਰਾਂ ਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਪਾਣੀ ਦੇ ਵਿੱਚ ਖੇਡਾਂ ਦੀ ਗੱਲ ਕੀਤੀ ਕਿ ਹਾਂ ਦਸਾਈ ਦਾ ਪਹਿਲ ਬਣਦਾ ਮੈਂ ਗੁਰ ਮੈਨੂੰ ਤੇ ਬਣਦਾ ਸਾਡੇ ਦੋਵੇਂ ਸਤਿਕਾਰ ਹੈਗੇ ਤਿੰਨਾਂ ਚੋਂ ਕੋਈ ਵੀ ਜੱਫਾ ਲਾ ਦੇ ਦਾਸ ਮੈਡੀਕਲ ਸਟੋਰ ਵੱਲੋਂ 500 ਰੁਪਇਆ ਹੋਵੇਗਾ ਖੁਸ਼ ਨੌਜਵਾਨਾਂ 500 ਰੁਪਇਆ ਇਹ ਦੁਬਾਰਾ ਵਾਲਾ ਖੁਸ਼ ਨਹੀਂ ਜੱਫਾ ਲਾ ਸਕਿਆ ਕਰ ਹੌਸਲਾ ਮੰਨਾ ਤੂੰ ਖੇਡ ਕਰ ਸਹੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਸਭ ਜਮੀ ਜਾਂਦੇ ਨੇ ਨਿਰਮਲ ਲੋਕੋਗੇ ਵਾਲੇ ਦੀ ਤਿੰਨ ਕਬੱਡੀਆਂ ਤੇ ਦਾਸ ਮੈਡੀਕਲ ਸਟੋਰ ਵੱਲੋਂ 500 ਰੁਪਇਆ ਲਾ ਗਿਆ ਸਿਕੰਦਰ ਸਿੰਘ ਜੀ ਪ੍ਰਧਾਨ ਸਾਹਿਬ ਖੁਸ਼ ਨੇ ਅਜੈਬ ਸਿੰਘ ਜੀ ਖੁਸ਼ ਨੇ ਕੁਲਵੀਰ ਸਿੰਘ ਜੀ ਸਲਾਹਕਾਰ ਸਾਹਿਬ ਖੁਸ਼ ਨੇ ਪਰਮਿੰਦਰ ਸਿੰਘ ਵਰਗੇ ਪੂਰਨ ਸਿੰਘ ਵਰਗੇ ਦਿਆਲ ਸਿੰਘ ਵਰਗੇ ਤੇ ਲਾਜਵੰਤ ਸਿੰਘ ਜੀ ਲਾਡੀ ਮਜਰਾਵਾ ਹੋਣੀ ਸਾਰੇ ਖੁਸ਼ ਨੇ ਸਾਹਮਣੇ ਨੌਜਵਾਨ ਮਨੂ ਤਾਜਾ ਸਿੰਘ ਵਾਲੇ ਦਾ ਨੌਜਵਾਨ ਹੈ ਜਿਹੜੇ ਤਰਨ ਤਰਨ ਦਾ ਇਹ ਨੌਜਵਾਨ ਹੈ ਬੜੀ ਰੂਹ ਦੇ ਨਾਲ ਮਾਪਿਆਂ ਦੇ ਪੁੱਤ ਪਾਲਿਆ ਹੈ ਕਿ ਪੁੱਤ ਹੱਟਾਂ ਤੇ ਨਹੀਂ ਵਿਕਦੇ ਤੂੰ ਲੱਭ ਦੀ ਫਿਰੇ ਬਾਜ਼ਾਰ ਕੁੜੇ ਇਹ ਦੇਣ ਹੈ ਮੇਰੇ ਦਾਦੇ ਦੀ ਜਿਹਨੂੰ ਕਹਿੰਦੇ ਨੇ ਕਰਤਾਰ ਕੁੜੇ ਸੱਟ ਵੀ ਲੱਗੀ ਹੈ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਬਖਸ਼ ਤੂੰ ਉੜ ਜਾ ਭੋਲਿਆ ਪੰਛੀਆਂ ਵੇ ਰੱਬ ਵੀ ਹੋ ਗਿਆ ਬਲ ਸ਼ਿਕਾਰੀਆਂ ਦੇ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਜਿਹੜੇ ਉੱਗਦੇ ਬਾਜ ਕਿਆਰੀਆਂ ਦੇ ਮੱਖਣ ਬਰਾਗ ਦੀ ਬੇਨਤੀ ਰੱਬ ਅੱਗੇ ਲੱਗੇ ਸੱਟ ਨਾ ਕਦੇ ਘਟਾਰੀਆਂ ਦੇ ਮੱਖਣ ਬਰਾਗ ਦੀ ਬੇਨਤੀ ਰੱਬ ਅੱਗੇ ਲੱਗੇ ਸੱਟ ਨਾ ਕਦੇ ਖਿਡਾਰੀਆਂ ਦੇ ਮਾਵਾਂ ਸੌ ਸੌ ਸੁਖਣਾ ਸੁੱਕ ਕੇ ਪੁੱਤਾਂ ਨੂੰ ਖੇਡਣ ਭੇਜਦੀਆਂ ਕਿ ਮੇਰਾ ਪੁੱਤ ਖੇਡ ਕੇ ਆਵੇ ਜਿੱਤ ਕੇ ਆਵੇ ਪਰ ਜਦੋਂ ਸੱਟ ਲੱਗਦੀ ਹੈ ਉਸ ਵੇਲੇ ਬੜਾ ਦੁੱਖ ਹੁੰਦਾ ਹੈ ਆ ਸਾਜਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਇਹ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਸਾਰ ਆਗਮਨ ਹੋਇਆ ਸਾਜਨ ਨੇ ਪੁਆਇੰਟ ਹਾਸਲ ਕਰ ਲਿਆ ਕੀਮਾ ਫੁੱਡੀ ਵਾਲੇ ਤਾੜੀ ਮਾਰ ਦਿਓ ਕੀਮਾ ਫੁੱਡੀ ਵਾਲੇ ਤਾੜੀ ਮਾਰ ਦਿਓ ਚੀਮਾ ਖੁੱਡੀ ਦੀ ਧਰਤੀ ਦਾ ਪੁੱਤ ਹੈ ਪਹਿਲੇ ਮੈਚ ਵਿੱਚ ਵੀ ਇਸ ਨੌਜਵਾਨ ਨੇ ਦਿਲ ਲੁੱਟੇ ਹੈ ਕੋਈ ਕਹਿੰਦਾ ਭਿੰਡਾ ਮੇਰਾ ਭਤੀਜਾ ਹੈ ਕੋਈ ਕਹਿੰਦਾ ਭਿੰਡਾ ਮੇਰਾ ਭਾਣਜਾ ਹੈ ਇਹ ਆਪਾਂ ਤਾਂ ਦੱਸਦਾ ਹੈ ਕਿ ਇਹਨੇ ਕਬੱਡੀ ਖੇਡ ਕੇ ਨਾਲ ਕੱਢੋ ਹੈ ਤਾੜੀ ਮਾਰ ਦਿਓ ਤਾੜੀ ਮਾਰੀ ਹੈ ਦਰਸ਼ਕਾਂ ਨੇ ਤਾੜੀ ਮਾਰੀ ਹੈ ਸੰਗਤਾਂ ਨੇ ਕਿ ਤਾੜੀਆਂ ਜਦ ਵੀ ਵੱਜਦੀਆਂ ਨੇ ਪਤਾ ਲੱਗਦਾ ਹੈ ਲੋਕਾਂ ਦੇ ਮਨਾਂ ਨੂੰ ਲੱਗਿਆ ਦਾ ਇਹ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆ ਸਾਹਮਣੇ ਸਾਬਾ ਕੀੜੀ ਅਫਗਾਨਾ ਦੀ ਧਰਤੀ ਦਾ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਕੀੜੀ ਅਫਗਾਨਾ ਉੱਥੋਂ ਦਾ ਇੱਕ ਸਾਫਾ ਸੁਣੀਦਾ ਯੂਕੇ ਬਾਗ ਤਫਾਨਾ ਵਿੱਚ ਮੈਦਾਨਾ ਖੇਡੇ ਉਹ ਟਿਕਾਵੇ ਪੂਰੀਆਂ ਜਾਨਾ ਵਿੱਚ ਬਣਾ ਲਈਆਂ ਕਬੱਡੀ ਨੇ ਗੱਭਰੂ ਸ਼ਾਨਾ ਕਬੱਡੀ ਗੱਭਰੂ ਨੇ ਕਬੱਡੀ ਵਿੱਚ ਸ਼ਾਨਾ ਪੂਰੀਆਂ ਬਣਾ ਲਈਆਂ ਸਾਹਮਣੇ ਅਜੇ ਦੀ ਕਬੱਡੀ ਹੈ ਕਾਲਮਾ ਵਾਲੇ ਦੀ ਤਰਨ ਤਾਰਨ ਵਾਲੇ ਅਜੇ ਦੀ ਕਬੱਡੀ ਹੈ ਚੌੜਿਆ ਮਬੜਿਆ ਵਾਲਿਆ ਜਸ ਨਰਿੰਦਰ ਸਿੰਘ ਜੀ ਬੱਬੂ ਸਾਹਿਬ ਕਹਿੰਦੇ ਆ ਕਿ ਤੇਰੇ ਜੱਫੇ ਤੇ 500 ਰੁਪਇਆ ਲੱਗਣਾ ਨੌਜਵਾਨਾ ਉਧਰ ਆ ਜੰਮਾ ਉਦੋਂ ਨਗਰ ਦੀ ਧਰਤੀ ਦਾ ਮੈਥੇ ਚੌਂਕ ਦੇ ਏਰੀਏ ਦਾ ਖਿਡਾਰੀ ਕਹਿੰਦਾ ਨੰਗ ਕਹਿੰਦਾ ਨੰਗ ਰਾਤ ਨੂੰ ਖਾਬੋ ਵਿੱਚ ਵੀ ਆਉ ਚੰਗਾ ਜਾਫੀ ਜੱਫਾ ਵੀ ਲਾਉਂਦਾ ਤੇ ਰਾਤ ਨੂੰ ਖਾਬਾਂ ਵਿੱਚ ਵੀ ਆਉਂਦਾ ਸਾਹਮਣੇ ਇਹ ਆ ਘੋੜਾ ਇਹ ਘੋੜੇ ਦੀ ਕਬੱਡੀ ਹੈ ਆਰਜਨ ਤੇ ਸੁਰਜਨ ਦੋ ਭਰਾ ਕਬੱਡੀ ਖੇਡਦੇ ਹੈ ਇੱਕ ਵੱਡਾ ਘੋੜਾ ਇੱਕ ਛੋਟਾ ਘੋੜਾ ਉਮੜਾ ਊਠ ਐੜਾ ਅੱਖ ਕੀੜੀ ਇੱਕ ਫਸਲਾ ਸੰਤਲਾ ਖੱਕ ਕੱਕਾ ਕਾ ਖੱਖਾ ਖਰਗੋਸ਼ ਗੱਗਾ ਗਾਂ ਤੇ ਘੱਗਾ ਘੋੜਾ ਹੋ ਗਿਆ ਸਾਹਮਣੇ ਨੌਜਵਾਨ ਅਰ
ਵੀ ਰਹੇ ਤੁਹਾਡਾ ਸਿਰ ਤੇ ਸਰਦਾਰੀ ਵੀ ਕਹਿਣ ਹੈ। ਸਾਹਮਣੇ ਨੌਜਵਾਨ ਦੀ ਪਈ ਹੋਈ ਕਬੱਡੀ, ਇੱਕ ਪਾਸੇ ਜਸ, ਇਹ ਚੌੜੇ ਮਗਰੇ ਵਾਲਾ ਜਸ, ਕਹਿੰਦਾ ਡਾਕਟਰ ਬੱਬੂ ਜੀ, ਡਾਕਟਰ ਬੱਬੂ ਜੀ, ਪਾਲੋ ਜੇਬ ਨੂੰ ਹੱਥ, ਪਤਾ ਨੀ ਕਿਹੜੇ ਵੇਲੇ ਨੇ 500 ਕੱਢ ਲੈਣਾ, ਪਤਾ ਨੀ ਕਿਹੜੇ ਵੇਲੇ ਨੇ 500 ਕੱਢ ਲੈਣਾ। ਬਟੂਏ ਚੋਲੇ ਤੇ 500 ਰੁਪਇਆ ਪਾ ਲਿਆ ਬਟੂਏ ਚ, ਕਿ ਸਾਰਿਆਂ ਨੋਟਾਂ ਤੇ ਫੋਟੋ ਗਾਂਧੀ ਦੀ ਲੱਗੀਏ, ਸਾਡੇ ਸ਼ਹੀਦਾਂ ਨੂੰ ਵੀ ਕਿਤੇ ਚਿਪਕਾ ਦਿਓ, 2500 ਦੇ ਨਾ ਹੀ ਸਹੀ, ਭਗਤ ਸਿੰਘ ਦੀ ਫੋਟੋ ਨੂੰ 50 ਦੇ ਤੇ ਲਾ ਦਿਓ, ਕਿ ਉਹਦੇ ਵਸਰਾਵੇ ਕਸਾਂ 20 ਜੋਗੇ ਵੀ ਨਹੀਂ, ਗਦੜੀਆਂ ਤੇ ਕਬਰਾਂ ਲਈ ਢੋਏ ਹੀ ਬਣਾ ਦਿਓ, ਅੱਜ ਦਾ ਜਹਾਨ ਹਿੰਦੁਸਤਾਨ ਦੇ ਸ਼ਾਸਕੋ, ਥੋੜਾ ਬਹੁਤ ਮੁੱਲ ਕੁਰਬਾਨੀਆਂ ਦਾ ਪਾ ਦਿਓ। ਬਟ ਰੇਡਰ ਦੇ ਖਾਤੇ ਵਿੱਚ ਸਾਹਮਣੇ ਅਨੰਦਪੁਰ ਸਾਹਿਬ ਦੀ ਧਰਤੀ ਦਾ ਬੈਠੇ ਤਾੜੀ ਮਾਰ ਦਿਓ, ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਦੱਸਦੇ ਮਨਜੀਤ ਸਿੰਘ ਜੀ ਸ਼ਾਹਪੁਰ ਵਾਲੇ ਦੇ ਦਿਓ, ਚੌੜੇ ਮਰਨੇ ਵਾਲੇ ਜਸ ਨੂੰ 200 ਰੁਪਇਆ, ਮਨਜੀਤ ਸਿੰਘ ਜੀ ਸ਼ਾਹਪੁਰ ਦੁਬਈ ਵਾਲੇ UAE ਦੀ ਧਰਤੀ, ਕਦੀ ਉਮਰ ਕਬੇਲ ਦੇ ਵਿੱਚ ਮਿਲੇ, ਕਦੀ ਇਹ ਹਮੀਰੇ ਵਿੱਚ ਮਿਲੇ, ਕਦੀ ਸ਼ਾਹਜਹਾਂ ਕਬੱਡੀ ਕੱਪ ਤੇ ਮਿਲੇ ਤੇ ਫਟੇ ਮਾਨ ਸਨਮਾਨ ਦਿੱਤੇ। ਸਾਹਮਣੇ ਨਿਰਮਲਾ ਲੋਕੋ ਕੇ ਚਗਾਨਾ ਵਾਲਾ ਕਨੇਡਾ ਖੇਡਿਆ 2 ਸਾਲ, ਬੜਾ ਤਕੜਾ, ਬ੍ਰਿਟਿਸ਼ ਕੋਲੰਬੀਆ ਦੇ ਮੈਦਾਨਾਂ ਦੇ ਵਿੱਚ ਇਸ ਨੌਜਵਾਨ ਨੇ ਸਿਰੇ ਦੀਆਂ ਰੈਡਾਂ ਪਾਈਆਂ ਤੇ ਦੁਨੀਆਂ ਨਚਾਈ ਹੈ। ਉਧਰ ਗੁਰਦਿੱਤ ਸਿੰਘ ਜਿਹਨੂੰ ਖੇਡ ਕਬੱਡੀ ਨੇ ਤਾਰਜਨ ਦਾ ਖਿਤਾਬ ਦਿੱਤਾ, ਜਿਵੇਂ ਰਾਣੇ ਬੰਝ ਨੂੰ ਬੰਝ ਦਾ ਖਿਤਾਬ ਦਿੱਤਾ, ਕਿਰਪਾਲ ਸਾਹਿਬ ਨੂੰ ਖੇਡ ਕਬੱਡੀ ਨੇ ਖੂਨੀ ਜਾਫੀ ਦਾ ਖਿਤਾਬ ਦਿੱਤਾ, ਤੇ ਗੁਰਦਿੱਤ ਸਿੰਘ ਕਿਸ਼ਨ ਗੜੀਏ ਨੂੰ ਤਾਰਜਨ ਦਾ ਖਿਤਾਬ ਮਿਲ ਗਿਆ। ਸਾਹਮਣੇ ਪਿੰਡਾ ਚੌੜਾ ਉਗੜਾ ਇਸ ਨੌਜਵਾਨ ਨੂੰ ਬੋਲ ਰਿਹਾ ਹੈ, ਪਰ ਇਹਦਾ ਪਿੰਡ ਅੱਜ ਪਤਾ ਲੱਗਾ ਕਿ ਕੀਮਾ ਖੋਡੀ ਰਹਿ, ਇਹ ਆ ਪਿੰਡਾ, ਇਹ ਸ਼ੂਕ ਦਾ ਪਠਾਨ, ਅੱਜ ਤੋਂ ਨਾਮ ਇਹਦਾ ਸ਼ੂਕ ਦਾ ਤੂਫਾਨ ਬਣ ਗਿਆ। ਕਈ ਰੇਡਰਾਂ ਦੇ ਨਾਮ ਤੂਫਾਨ, ਪਰ ਤੂਫਾਨ ਵੀ ਨਹੀਂ, ਅੱਜ ਤੋਂ ਇਹਦਾ ਨਾਂ ਰੱਖ ਦਿੱਤਾ ਸ਼ੂਕ ਦਾ ਤੂਫਾਨ, ਇਹ ਸ਼ੂਕ ਦਾ ਤੂਫਾਨ ਹੈ। ਰੇਡਰ ਦੇ ਖਾਤੇ ਵਿੱਚ ਚਿੜ ਗਿਆ ਸਾਹਮਣੇ ਸਾਜਨ, ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਪੈਂਦੀ ਹੈ ਰੇਡ, ਕਿ ਪੁੱਤ ਪੰਜਾਬੀ ਫੁੱਲ ਗੁਲਾਬੀ ਖੇਡਣ ਕਬੱਡੀ, ਮੈਂ ਛੱਡ ਕੇ ਜਾਵਾਂ ਜਿਨ੍ਹਾਂ ਨੇ ਜੰਮੇ ਧਾਨੇ ਮਾਵਾਂ। ਸਾਹਮਣੇ ਅਜੇ ਦੀ ਕਬੱਡੀ ਹੈ, ਕਾਲਮਾ ਬੜੇ ਦੀ ਦੁਰਜੀਪੁਰ ਲਾਗੇ ਕਾਲਮਾ ਪਿੰਡ, ਜਿੱਥੋਂ ਦਾ ਦਾਰਾ ਪਹਿਲਵਾਨ ਕਿੰਗ ਕਿਲਰ ਹੋਇਆ, ਇੱਕ ਦਾਰਾ ਪਹਿਲਵਾਨ ਫਿਲਮਾਂ ਦੇ ਵਿੱਚ ਹੋਇਆ, ਉਹਦਾ ਧਰਮ ਚੱਕ ਪਿੰਡ ਸੀ, ਤੇ ਇੱਕ ਦਾਰਾ ਦੁਲਜੀਪੁਰ ਦਾ ਪਹਿਲਵਾਨ ਹੋਇਆ ਜਿਹੜਾ ਜੇਲ੍ਹ ਦੇ ਵਿੱਚ ਘੋਲ ਲਾਉਂਦਾ ਰਿਹਾ, ਕਿਉਂਕਿ ਉਹਨੂੰ ਗੁੱਸਾ ਆਇਆ ਸੀ, ਉਹਨੇ ਆਪਣੇ ਦੁਸ਼ਮਣ ਦੋ ਹੱਥਾਂ ਨਾਲ ਮਾਰ ਦਿੱਤੇ ਸੀ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਈ, ਪਰ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਉਹਦੀ ਪ੍ਰਵਾਨੀ ਨੂੰ ਜੇਲ੍ਹ ਦੇ ਵਿੱਚ ਦੇਖ ਕੇ ਉਹਦੀ ਸਜ਼ਾ ਦਿੱਤੀ, ਉਹ ਮਾਫ ਕੀਤੀ। ਸਾਹਮਣੇ ਸਾਬਾ ਕੀੜੀ ਅਫਗਾਨਾ ਦੀ ਧਰਤੀ ਦਾ, ਇਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਕੀੜੀ ਅਫਗਾਨਾ, ਉੱਥੋਂ ਤੱਕ ਸਾਬਾ ਸੁਣੀ ਦਾ, ਦਿਖਾਵੇ ਮੈਦਾਨ ਵਿੱਚ ਜਾਨਾ, ਕਬੱਡੀ ਵਿੱਚ ਬਣਾ ਗਿਆ ਏ, ਬਣਾ ਗਿਆ ਪੂਰੀਆਂ ਸ਼ਾਨਾ। ਜੱਗਾ ਕਾਲਾ ਵਾਲਾ ਜੱਗਾ, ਅਗਲੀ ਰੇਡ ਤੋਂ ਬਾਅਦ ਕਿ ਜੱਗੇ ਜੱਗਦਾ ਜਾ ਗਿਆ, ਪਟਨਾ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ, ਪੰਜਾਬ ਦਾ ਲੋਕ ਨਾਇਕ ਜੱਗਾ ਵੀ ਪਹਿਲਵਾਨ ਸੀ। ਜਾਫੀ ਦੇ ਖਾਤੇ ਦੇ ਵਿੱਚ ਸਾਹਮਣੇ ਨੌਜਵਾਨ, ਅਗਲੀ ਰੇਡ ਇਹ ਆ ਸੁਰਜਨ ਘੋੜਾ, ਇਹ ਘੋੜੇ ਦੀ ਕਬੱਡੀ ਆ ਜਨਾਲੇ ਵਾਲੇ ਦੀ, ਘੋੜੇ ਦੀ ਕਬੱਡੀ ਆ ਰਮਦਾਸ ਵਾਲੇ ਦੀ। ਬਾਬਾ ਬੁੱਢਾ ਜੀ ਨੇ ਜਿਸ ਧਰਤੀ ਤੇ ਅੰਤਮ ਸਮਾਂ ਗੁਜ਼ਾਰਿਆ, ਰਮਦਾਸੀ ਧਰਤੀ ਦਾ ਇਹ ਖਿਡਾਰੀ ਹੈ, ਇਹ ਨਾਮ ਵਿੱਚ ਰੰਗੇ ਰਹਿੰਦੇ ਪੂਰਨ ਬ੍ਰਹਮ ਗਿਆਨੀ ਸੀ, ਸੰਗਤ ਜੀ ਬਾਬਾ ਬੁੱਢਾ ਪੁੱਤਰਾਂ ਦਾ ਪਾਣੀ ਸੀ। ਤੇ ਸਾਹਮਣੇ ਅੰਗਰੇਜ਼ ਗਾਜੀ ਚੱਕ ਵਾਲਾ ਜੱਫਾ ਲਾਉਂਦਾ ਹੈ, ਜਾਫੀ ਦੇ ਤਰਤ ਖਾਤੇ ਵਿੱਚ ਜੁੜ ਗਿਆ। ਸਾਹਮਣੇ ਇਹ ਨੌਜਵਾਨ ਸਿਮਰਨ, ਕੰਗ ਕਲੇ ਦਾ ਤਹਾਂ ਚੜ ਗਿਆ ਪੂਰਾ, ਹੁਣ ਰੇਟਰ ਨਹੀਂ ਥੱਲੇ ਦਾ, ਅਨੰਦਪੁਰ ਵਿੱਚ ਛਾ ਗਿਆ ਸੀ ਸਿਮਰਨ ਕੰਗ ਕਲੇ ਦਾ, ਅਨੰਦਪੁਰ ਸਾਹਿਬ ਦਾ ਇਹ ਬੈਟਰੇਟਰ ਹੈ ਸਿਮਰਨ,
کنگ کلے والا جتے سرداری بھی قید ہے وہ سکھی جیڑی لال قلعے دیا کندھا جو نظری آنی ہے کہ لال قلعے سے اج بھی چمک رہا رنگ لال لہو دیا تارا دا چمکور گڑی دا صدقہ جا سرحد دیا دیوارا دا رنگ سوہا سوہا ہویا ہے میرے بطن دیا گئی ہے میرا پوری دی لال سکھ بندی ڈاکٹر ببو جی بولو داس میڈیکل سٹور بولو 500 روپیہ لگا ہوا ہے 500 روپیہ پوری دی لاش کبڈی کوئٹ ریڈر کا تے 500 روپیہ بھی پوری پورے ننگل والے دا چڑھدی بریس دا یہ گبرو ہے کہ چڑھدی بریس تے سامنا پیندا چڑھدی بریس سامنے شریر چڑھدی بریس جد ہو جائیے فٹ پھر بن جائیے ان تے کھیتی سامنے شوق دا طوفان آ گیا کبڈی چاہیے خطاب مل گیا شوق دے طوفان دا طوفان بھی نہیں شوق دا طوفان ادھر اٹھوالا والا خوش اٹھوالا والا خوش جفے لا کے دنیا نو خوش کرتا اٹھوالا والا یہ کہیں خوش متر جس دن اٹھوالا والے نے جفے لگنے اور جانے پورے نے دکھ متر ہمیں دوسری کبڈی ہے نرمل نرمل لوپو کے والے دی تیجی کبڈی ہے ڈاکٹر ببو جی بولو یہ تین کبڈیاں سے 500 لگا ہوا ہے 500 انگریز نمبر بھی چل گیا 500 روپیہ بھی نرمل کی جیب دے وچ پی گیا ہے یہ سوکھی نہیں کبڈی مترو کہندے سپ دی سیری تو نوٹ چکرے سوکھی نہیں کبڈی مترو بابا جی کا دھنواد کرتے ہیں جنہوں نے 28 تاریخ کو بلا چاؤ کو آ کے لنگر لایا ہوا ہے مہان جیڑے نو یاد کرتے ہیں لنگر بھی لگے نے بابا جی کا دھنواد ہے بلا چاؤ والے کا سامنے اجے بھی کبڈی ہے اجے اے اجے ہرمن جلال پوریا مہان جافی ہے پورا نام چاہتا ہے کہ نت جم دے نے جو نہ ہوں کسی کام دے نامی بدے پرندے لو رنگ پٹواری لو 100 روپیہ سامنے ساجن بابا بکالا صاحب دی ترتی را کھڑاری ساجن کاکیا ٹوٹیا والیا لا جفا پوائنٹ ریڈر دے کھاتے دے وچ کہ کیما کھوٹی پنڈ دا ایک جگراج طوفان جنے ہم تا مورے ایک لئی سی تان اونے گوبند رامو سوچیا تے گڈی دتا چار کہندے وچ پنجاب دے مچ گئی ہاہاکار شہید ہویا اد سورما تے ہار گئی سرکار شہید ہویا اد سورما تے ہار گئی سرکار ہمیں نوجوان دی کہندی ہریر کون جفا والا ایک پاسے کالی ہے ایک کالی لوکوں کے والا اگلی ریڑ پوپی کھا والے ادھر لگ لگتا ہوا جفا یہ انگریز ساری چک والا کہ جے کر بیا کروا کے فوری نہیں جانا پھر جوائی کھاؤں کا کی فائدہ جے کر بھائیاں دے وچ اتفاق رکھنا پھر چنگڑی لاؤن کا کی فائدہ جے کر مکی دی روٹی نہیں پکاونی پھر ساگ بناؤن کا کی فائدہ مکھن بنانا جے میدان چ آ کے کبڈی نہیں کھیڈنی پھر کپڑے لاؤن کا کی فائدہ سامنے سمرن آنندپور صاحب دی ترتی دا پرسیڈ ہے خالصے دی جنم بھومی کہ پیو مر جائے کلگی تر ورگا ماتا صاحب کور جہی ماں مر جائے انہیں ہور کی لگا دنیا تو جن آنندپور ورگی تھا مر جائے یہ آنندپور کا پرسیڈ ہے سامنے کوڑے دی کپڑی ہے اے آپ کو را کگا کو را فکر بندے جی لمے سمے بعد پھر ٹھیک ہوئی ہے لمے سمے بعد بول بھی صحیح ہوئے
सामने शूक का किसान कीमा फूडी वाले नोट कर लो इनू शूक का किसान कह दिता मैं शूक का किसान पर शूक के किसान चकन वाले सूर ने भी इस धरती ने पैदा किए है कोई गल नहीं भेजा कोई गल नहीं कि केड़ा रेज जगते जिनू जिनू जफा लग्या नहीं केड़ा जाफी जगते जे तो बंदा भजया नहीं जिन्हें मैदान आना उन्हें जितना जिन्हें मैदान आना उन्हें हरना अजैब सिंह जी जिन्हें मैदान आना ही ना उन्हें जितना तो ना उन्हें हरना फतेह बाबे पॉइंट ने दस भगवानपुर के सारे भी पॉइंट ने सारिया संगत का भाई अजैब सिंह पठान के परिवार वालों भी समुचे कीमा खुदी नगर को ते मैं अपने तौर पर एक गल ऐड कर दिया समुचे खालसा पंथ गुरु जी धन्यवाद अजे अद्धा मैच बचल है खास संघ जी जाओ ना अजे अद्धा मैच बचल है अद्धा मैच बचल है जी एम भी मर्यादा नहीं नहीं पूरा मैच होना जी मैच अजे बाकी है खास संघ को बेनती है जाना नहीं तो जिथे सिकंदर सिंह जी प्रधान अजैब सिंह जी डॉक्टर रविंदर प्रभू जी पेंडू कीमा तवीप सिंह सलाहकार परमिंदर सिंह जी एम पी शाह जी साध संगत जी जाना नहीं सामने पेंदी हो रेड पेंदी हो रेड लोगों के मारे लोगों के मारे सामने अखबारा वाले खुश ने चप्पा भी लाया ते 500 रुपया भी डॉक्टर प्रभू जी वालों हथियार लिया है कि रेटा भावे लख पैदिया कल चप्पिया से मुकरीए रेटा भावे लख पैदिया कल चप्पिया से मुकरीए दास मेडिकल स्टोर वालों 500 रुपए पूरी भूरे नगर की धरती का गुरदेव सिंह तारजन मैं पता कि तू लंबे समय बाद फिट हो तेन परमात्मा ने ਤੰਦਰੁਸਤੀ ਬਖਸ਼ੀ ਹੈ ਇੱਕ ਪਾਸੇ ਕਾਕਾ ਢੋਡੀਆਂ ਵਾਲਾ ਉੱਧਰ ਲੱਗਦਾ ਹੋਇਆ ਜੱਥਾ ਹੁਣ ਜਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਤੇ ਸਾਹਮਣੇ ਨੌਜਵਾਨ ਜਗਾ ਪਹਿਲਵਾਨ ਕਾਰਵਾ ਵਾਲਾ ਇਹ ਜੱਗੇ ਦੀ ਰੋਡ ਹੈ ਸੋਹਣਾ ਸਰੀਰ ਹੈ ਕਿ ਕੋਈ ਮੰਦਰਾਂ ਵਿੱਚ ਰਾਮ ਰਾਮ ਕਹਿੰਦਾ ਕੋਈ ਗਣੇਸ਼ ਕੋਈ ਹਨੂੰਮਾਨ ਪੂਜੇ ਕੋਈ ਭਲਾ ਸਰਬੱਤ ਦਾ ਮੰਗਦਾ ਏ ਵਿੱਚ ਦਿਲ ਦੇ ਪਾਹੇ ਨੂੰ ਨਾ ਪੂਜੇ ਕੋਈ ਮਸਲਾ ਵਿੱਚ ਨਿਵਾਜ ਕਰਦਾ ਸੱਚੀ ਸਦਾ ਨੂੰ ਸਦਾ ਮੁਸਲਮਾਨ ਪੀਜੇ ਭਾਈ ਜਗਰਾਜ ਸਿੰਘ ਕਿਸਾਨ ਦੀ ਬੇਟੀ ਵੀ ਬੈਠੀ ਹੈ ਇਹ ਭਾਈ ਜਗਰਾਜ ਸਿੰਘ ਕਿਸਾਨ ਦੀ ਬੇਟੀ ਨਹੀਂ ਇਹ ਖਾਲਸਾ ਪੰਥ ਦੀ ਧੀ ਹੈ ਇਹ ਮੈਂ ਨਹੀਂ ਕਿਹਾ ਇਹ ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਕਿਹਾ ਸੁਪਰੀਮ ਸਿੱਖ ਸੋਸਾਇਟੀ ਨੇ ਨਿਊਜ਼ੀਲੈਂਡ ਦੇ ਵਿੱਚ ਜਦੋਂ ਇਹ ਬੇਟੀ ਗਈ ਤੇ ਕਿਹਾ ਖਾਲਸਾ ਪੰਥ ਦੀ ਬੇਟੀ ਹੈ ਪੰਥ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਤੇ ਅਗਲੀ ਰੇਡ ਸਾਹਮਣ ਲਈ ਇਹ ਅੰਦਰਮਲ ਲੋਕੋ ਕੋ ਚਿਗਾਣਾ ਵਾਲਾ ਇਹ ਗੁਰਦੇ ਪਤਾ ਨਹੀਂ ਜਿੱਥੇ ਹਰ ਤਰ੍ਹਾਂ ਦਾ ਹੀ ਕੱਛਾ ਭਾਈ ਦਲਜੀਤ ਸਿੰਘ ਜੀ ਫਿਰ ਸੁਪਰੀਮ ਸਿੱਖ ਸੋਸਾਇਟੀ ਨਿਊਜ਼ੀਲੈਂਡ ਉਹਨਾਂ ਵੱਲੋਂ ਵੀ ਅਸੀਂ ਸਾਰੀਆਂ ਸੰਗਤਾਂ ਨੂੰ ਕੀ ਆਇਆ ਤੇ ਸਾਰੀਆਂ ਸੰਗਤਾਂ ਨੂੰ ਅੱਜ ਇੱਥੇ ਪਹੁੰਚੇ ਤੇ ਧੰਨਵਾਦ ਕਹਿੰਦੇ ਹੈ ਤੇ ਸਾਰੇ ਕਬੱਡੀ ਪ੍ਰੇਮੀਆਂ ਦਾ ਵੀ ਸੁਪਰੀਮ ਸਿੱਖ ਸੋਸਾਇਟੀ ਵੱਲੋਂ ਵੀ ਧੰਨਵਾਦ ਕਰਦੇ ਹੈ ਰੇਡਰ ਦੇ ਖਾਤੇ ਦੇ ਵਿੱਚ ਚੜ ਗਿਆ ਸਾਹਮਣੇ ਸਿਮਰਨ ਇਹ ਆ ਸਿਮਰਨ ਕੰਗ ਕੱਲੇ ਵਾਲਾ ਅਗਲੀ ਰੇਡ ਪਾਉਂਦਾ ਹੈ ਕਿ ਇਹ ਰੇਡਰ ਹੈ ਹੁਣ ਹੈਵੀ ਰੇਡਰ ਨਹੀਂ ਥੱਲੇ ਦਾ ਕਹਿੰਦੇ ਫਾਇਦਾ ਲੈ ਗਿਆ ਹੈ ਨਾਮ ਚੱਲੇ ਦਾ ਸਹੀਜੇ ਕੀਤੇ ਹੱਥ ਨਹੀਂ ਆਉਂਦਾ ਸਿਮਰਨ ਕੰਗ ਕੱਲੇ ਦਾ ਸਿਮਰਨ ਕੰਗ ਕੱਲੇ ਦਾ ਮਾਰਿਆ ਤੱਕ ਤੇ ਫਿਰ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਸਾਬਾ ਕੀੜੀ ਫਗਾਨਾ ਵਾਲਾ ਅਗਲੀ ਰੇਡ ਪਾਉਂਦਾ ਹੈ ਇਹ ਸਾਬੇ ਦੀ ਕਬੱਡੀ ਹੈ ਹਿੱਕ ਦੇ ਵਿੱਚ ਜ਼ੋਰ ਹੈ ਨਿਰਮਲ ਸਿੰਘ ਗੋਬ ਜੀ ਲਿਖਿਆ ਰਿਆਤ ਸਾਹਿਬ ਨੇ ਪੂਰਾ ਜੋਗੀ ਸਾਹਿਬ ਨੇ ਕੀਤਾ ਪੱਪੂ ਗੁਰਦਾਸ ਸਾਹਿਬ ਨੇ ਕਿਹਾ ਸੀ ਕਿ ਜੋਗੀ ਸਾਹਿਬ ਕੋਈ ਸਾਡਾ ਵੀ ਛੱਦ ਲਿਖ ਲਿਓ ਲਾਗੇ ਸੁਰੱਖਣ ਸਿੰਘ ਰਿਆੜ ਬੈਠਾ ਸੀ ਉਹ ਕਹਿੰਦਾ ਕਿ ਲਿਖ ਰਿਆੜ ਫਿਰ ਰਿਆੜ ਸਾਹਿਬ ਨੇ ਲਿਖਿਆ ਤੇ ਜੋਗੀ ਸਾਹਿਬ ਨੇ ਪੂਰਾ ਕੀਤਾ ਕਿ ਜੇ ਹਿੱਕ ਵਿੱਚ ਜੋਰ ਹੋਵੇ ਲੋਕੀ ਤਾ ਪੁੱਛਦੇ ਸਰਨਾਵਾ ਹਰਜੀਤ ਗੁਰਾੜ ਜਹੇ ਫਿਰਦੇ ਪੁੱਤ ਜੰਮਦੀਆਂ ਮਾਵਾਂ ਪੱਪੂ ਛੱਬੇ ਫਿਰਦੇ ਪੁੱਤ ਜੰਮਦੀਆਂ ਮਾਵਾਂ ਸਾਹਮਣੇ
ਸ਼ੂਕ ਦਾ ਪਛਾਣ ਆ ਗਿਆ, ਸ਼ੂਕ ਦਾ ਪਛਾਣ ਆ ਗਿਆ ਚੀਮਾ ਖੁੱਡੀ ਵਾਲੇ। ਕਰੋ ਹੋਰ ਮਾਣ ਇਸ ਨੌਜਵਾਨ ਦੇ, ਇਹ ਆ ਚੀਮਾ ਖੁੱਡੀ ਵਾਲਾ ਸ਼ੂਕ ਦਾ ਤੂਫਾਨ। ਉੱਧਰ ਹਰਮਨ ਜਲਾਲਪੁਰੀਆ, ਹਰਮਨ ਜਲਾਲਪੁਰੀਆ ਜੱਫਾ ਲਾ ਗਿਆ, ਕਿਉਂਕਿ ਹਰਮਨ ਜਲਾਲਪੁਰੀਆ ਨੇ ਵੀ ਉੱਡਦੇ ਪੰਛੀ ਫੜੇ ਨੇ, ਹਰਮਨ ਜਲਾਲਪੁਰੀਆ ਨੇ ਵੀ ਉੱਡਦੀਆਂ ਹਵਾਵਾਂ ਨੂੰ ਜੱਫੇ ਲਾਏ ਨੇ। ਖਾਸ ਤੌਰ ਤੇ ਆਪਣੇ ਲਾਜਵੰਤ ਸਿੰਘ ਦੀ ਲਾਟੀ ਵਜਾਮ, ਇਸ ਹਲਕੇ ਦੀ ਉੱਗੀ ਸ਼ਖਸੀਅਤ, ਰਾਜਨੀਤਿਕ ਨਹੀਂ ਸਮਾਜ ਦੀ ਵੀ ਵੱਡੀ ਸ਼ਖਸੀਅਤ ਹੈ ਲਾਜਵੰਤ ਸਿੰਘ ਦੀ ਲਾਟੀ ਮਜਰਾਵਾਂ। ਜਦੋਂ ਵੀ ਆਪਾਂ ਸ੍ਰੀ ਹਰਿਮੰਦਪੁਰ ਤੋਂ ਮਜਰਾਵਾਂ ਟੱਪਦੇ ਹਾਂ ਤੇ ਸਾਨੂੰ ਯਾਦ ਆ ਜਾਂਦਾ ਲਾਟੀ ਭਾਜੀ ਦਾ ਪਿੰਡ ਹੈ ਰੇਡਰ ਦੇ ਖਾਤੇ ਦੇ ਵਿੱਚ। ਪਰਮਾਤਮਾ ਕਰੇ ਇਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਮਾਣ ਬਖਸ਼ਦੇ ਦਿੰਦੇ ਰਹੋ, ਕਿਸੇ ਵੇਲੇ ਇਹਨਾਂ ਨੂੰ ਵੀ ਕਿਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਿਆਰਿਆ ਦਾ ਕੋਈ ਪਤਾ ਨਹੀਂ ਹੁੰਦਾ, ਜਿਵੇਂ ਦੇਸਰਾ ਸਿੰਘ ਜੀ ਝੁੱਗਾ ਸਾਹਿਬ ਲਾਟੀ ਮਜਰਾਵਾਂ ਜੀ ਕਦੀ ਤੂੰਬੀ ਨਾਲ ਜੀ ਵਿਗਾਏ ਪਰ ਵਿਧਾਨ ਸਭਾ ਦੇ ਵਿੱਚ ਪਹੁੰਚ ਗਏ, ਮੱਥੇ ਦੀ ਤਕਦੀਰ ਲੈ ਗਈ ਤੇ ਸਾਹਮਣੇ ਨੌਜਵਾਨ ਹਰੇਕ ਪਾਉਂਦਾ ਹੈ ਸਿਆਸੀਆਂ ਦੇ ਵਿੱਚ, ਕੌਣ ਨੌਜਵਾਨ ਜੱਫਾ ਲਾਵੇਗਾ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਨੇ ਵਧਾਇਆ ਕਦਮ, ਧੂਣੀ ਆ ਗਿਆ ਬੂਹੇ ਨਗਰ ਵਾਲਿਆ, ਕਾਬਲ ਵਕਰ ਦਿਓ ਵਾਲਾ ਵੀ ਅੱਜ ਸੁਰ ਕਾਲ ਦੇ ਵਿੱਚ ਬਿਸਨ ਮਾਰਦਾ ਹੈ। ਵਿਕਰ ਸਿੰਘੇਰ ਸੰਦੀਪ ਬਟਾਲਾ ਤੇ ਆਪਣੇ ਸਾਥੀ ਕਮੈਂਡੇਟਰ ਬਲਜਿੰਦਰ ਸਿੰਘ ਦਾ ਵੀ ਧੰਨਵਾਦ ਕਰਦਾ ਹੈ। ਸਿਆਸੀਆਂ ਦੇ ਵਿੱਚ ਨੌਜਵਾਨ ਗੁਰਦਿੱਤ ਸਿੰਘ ਟਾਰਗਨ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਰੇਡ ਪਾਉਣ ਦੇ ਸਾਹਮਣੇ ਨੌਜਵਾਨ ਜੱਗਾ, ਅਗਲੀ ਰੇਡ ਪਾਉਂਦਾ ਕਿ ਬੱਲੇ ਨੇ ਪਰ ਬੱਲੇ ਪੰਜਾਬ ਨੇ ਸ਼ੇਰ ਸੱਚੇ ਹੋ, ਕਬੱਡੀ ਖੇਡ ਕੇ ਨਾ ਕਦੇ ਥੱਕੇ ਹੋ, ਬੱਲੇ ਪੰਜਾਬ ਦੇ ਸ਼ੇਰ ਬੱਚੇ ਹੋ। ਇੱਕ ਪਾਸੇ ਡਬਾਲਾ ਵਾਲਾ ਲੋਕੋਗੇ ਵਾਲਿਆ, ਲੋਕੋ ਉੱਧਰ ਜਲਾਲਪੁਰੀਆ, ਜਲਾਲਪੁਰੀਆ ਨੇ ਵੀ ਗੁਰੂ ਰਾਮਦਾਸ ਦੀ ਨਗਰੀ ਤੋਂ ਅੰਮ੍ਰਿਤਸਰ ਦੀ ਧਰਤੀ ਤੋਂ ਜੱਫੇ ਲਾਉਣ ਦਾ ਠੇਕਾ ਲਿਆ ਹੋਇਆ, ਜੱਫੇ ਲਾਉਣ ਦਾ ਠੇਕਾ ਲਿਆ ਨੌਜਵਾਨ ਨੇ, ਇਹਨੇ ਜੱਫੇ ਲਾਉਣ ਦਾ ਠੇਕਾ ਲਿਆ ਹੋਇਆ ਤਾਲੀ ਮਾਰ ਦਿਓ। ਸਿਆਸੀ ਦੇ ਖਾਤੇ ਦੇ ਵਿੱਚ ਸਾਹਮਣੇ ਸਾਬਾ ਸਿਆਸੀ ਚੌੜੇ ਮਦਰੇ ਵਾਲਿਆ ਤੇਰਾ ਵੀ ਧੰਨਵਾਦ ਹੈ, ਬਾਂਟੀ ਮਦਰਿਆਂ ਵਾਲਾ ਤੇ ਵੱਡੇ ਖਿਡਾਰੀ ਨੇ ਇਸ ਧਰਤੀ ਦੇ, ਜਦੋਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਡਦੇ ਆ ਫਿਰ ਬਾਬੇ ਨਾਮਦੇਵ ਦੀ ਗੱਲ ਹੁੰਦੀ ਹੈ ਕਿ ਖੂਬ ਤੇਰੀ ਪਗੜੀ ਤੇ ਮਿੱਠੇ ਤੇਰੇ ਬੋਲ, ਹੱਲੇ ਯਾਰਾ ਖੁਸ਼ ਖਬਰੀ। ਪਾਓ ਨੌਜਵਾਨੋ ਕਬੱਡੀ ਭਿੰਦਿਆ, ਆਖਰੀ ਕਬੱਡੀ ਮਸਲਾ ਜਿੱਤਦਾ ਬਣ ਗਿਆ ਵੇ, ਭਿੰਦਿਆ ਸਾਡੀ ਟੀਮ ਜਿੱਤਾ ਲੈ, ਟੀਮ ਸਾਡੀ ਜਹਾਜ਼ ਨਾ ਤੂੰ ਸਿਰ ਖਿੱਚ ਕੇ ਟੀਮ ਜਿੱਤਾ ਦੇ, ਭਿੰਦਿਆ ਮਸਲਾ ਜਿੱਤਦਾ ਬਣ ਗਿਆ ਉਹ, ਤੂੰ ਦੋ ਦੋ ਕੌਡੀਆਂ ਪਾ ਦੇ, ਭਿੰਦਿਆ ਮਸਲਾ ਜਿੱਤਦਾ ਬਣ ਗਿਆ ਏ। ਡਾਕਟਰ ਬੱਬੂ ਨੇ ਨੋਟਾਂ ਨੂੰ ਹੱਥ ਪਾ ਲਿਆ, ਇਹ ਕਿਹੜੇ ਵਾਸਤੇ ਹੈ? ਹਾਂਜੀ ਗੋਲੇ ਸੰਧਨਾ ਵਾਲੇ ਲਈ ਵੀ ਪਾਸਾ ਬੋਲਿਆ, ਮੇਰਾ ਮਨ ਬਹੁਤ ਖੁਸ਼ ਹੁੰਦਾ ਜਦੋਂ ਤੂੰ ਜੱਫਾ ਲਾਉਂਦਾ, ਬੋਲਾ ਸੰਧਵਾ ਦੀ ਧਰਤੀ ਆ, ਇੱਧਰ ਘੋੜਾ ਗੋਲੇ ਦੇ ਵੀ 500 ਡਾਕਟਰ ਬੱਬੂ ਜੀ, ਉੱਧਰ ਆ ਗੁਰਦੇਵ ਕਿਸ਼ਨਗੜ੍ਹ ਦੀ ਧਰਤੀ ਦਾ ਖੇਡ ਕਬੱਡੀ ਦਾ ਟਾਰਗਨ ਮਹਾਨ ਖਿਡਾਰੀ, ਔਰ ਕੌਣ ਕਿਆ ਸੀ ਗੁਰਦੇਵ ਟਾਰਗਨ ਦਾ ਗੁਰਦੇਵ ਇੱਕ ਬਾਂਟੀ ਚੌੜੇ ਮਤਲੇ ਵਾਲੇ ਨੂੰ ਦਾਸ ਮੈਡੀਕਲ ਸਕੋਰ ਵੱਲੋਂ, ਇੱਕ ਖੁਸ਼ ਨੂੰ ਤੇ ਇੱਕ ਗੋਲੇ ਸਾਧਨਾ ਵਾਲੇ ਨੂੰ, ਤੇ ਸਾਰੇ ਖਿਡਾਰੀ ਆਪਣੇ ਪੈਸੇ ਲੈ ਜਾਣਗੇ।